ਪੰਜਾਬ ਦੋਧੀ ਯੂਨੀਅਨ ਏਕਤਾ ਵੱਲੋਂ ਕੀਤਾ ਨਵਾਂ ਉਪਰਾਲਾ। ਵਾਤਾਵਰਨ ਨੂੰ ਸ਼ੁੱਧ ਕਰਨ ਦੇ ਲਈ ਇਹਨਾਂ ਵੱਲੋਂ ਵੰਡੇ ਗਏ ਬਠਿੰਡਾ ਦੇ ਬੀਬੀ ਵਾਲਾ ਚੌਂਕ ਵਿਖੇ ਪੌਦੇ। ਵੱਡੀ ਗਿਣਤੀ ਦੇ ਵਿੱਚ ਲੋਕਾਂ ਵੱਲੋਂ ਇਹ ਪੌਦੇ ਲੈ ਕੇ ਆਪਣੇ ਘਰ ਲਗਾਉਣ ਦਾ, ਆਪਣੇ ਏਰੀਏ ਦੇ ਵਿੱਚ ਲਗਾਉਣ ਦਾ ਇਹਨਾਂ ਵੱਲੋਂ ਕੀਤਾ ਗਿਆ ਪ੍ਰਣ। ਇਸ ਮੌਕੇ ਪੰਜਾਬ ਦੋਧੀ ਯੂਨੀਅਨ ਏਕਤਾ ਦੇ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਢਿੱਲੋਂ ਨੇ ਬੋਲਦਿਆਂ ਕਿਹਾ ਕਿ ਜਿੱਥੇ ਵਾਤਾਵਰਨ ਸਾਡਾ ਦਿਨੋਂ ਦਿਨ ਗੰਧਲਾ ਹੁੰਦਾ ਜਾ ਰਿਹਾ ਹੈ ਅਤੇ ਉੱਥੇ ਭਾਵੇਂ ਕੋਰੋਨਾ ਦੌਰਾਨ ਸਾਨੂੰ ਆਕਸੀਜਨ ਦੀ ਬਹੁਤ ਜ਼ਿਆਦਾ ਜ਼ਰੂਰਤ ਪਈ ਸੀ, ਇਸ ਨੂੰ ਲੈ ਕੇ ਹਰ ਇੱਕ ਵਿਅਕਤੀ ਨੂੰ ਆਪਣੇ ਘਰਾਂ ਦੇ ਜਾਂ ਆਲੇ ਦੁਆਲੇ ਦੇ ਘਰਾਂ ਦੇ ਆਪਣਾ ਇਸ ਤਰ੍ਹਾਂ ਦੇ ਵੀ ਆਪਣਾ ਪੌਦੇ ਲਗਾਉਣੇ ਚਾਹੀਦੇ ਹਨ। ਉਹਨਾਂ ਨਾਲ ਇਹ ਵੀ ਆਖਿਆ ਕਿ ਅਗਰ ਕੋਈ ਵਿਅਕਤੀ ਪੌਦੇ ਲਗਾਉਣਾ ਚਾਹੁੰਦਾ ਹੈ ਅਤੇ ਉਹ ਸਾਡੇ ਨਾਲ ਸੰਪਰਕ ਕਰ ਸਕਦਾ, ਅਸੀਂ ਉਸ ਨੂੰ ਇਹ ਜਿਹੜਾ ਮਰਜ਼ੀ ਬੂਟਾ ਹੋਵੇਗਾ ਉਹਨਾਂ ਵੱਲੋਂ ਲੈ ਕੇ ਦਿੱਤਾ ਜਾਵੇਗਾ। ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਬੀਬੀ ਵਾਲਾ ਚੌਂਕ ਦੀਆਂ ਇਹ ਸਾਰੀਆਂ ਤਸਵੀਰਾਂ, ਜਿੱਥੇ ਅੱਜ ਪੰਜਾਬ ਦੋਧੀ ਯੂਨੀਅਨ ਏਕਤਾ ਵੱਲੋਂ ਇੱਥੇ ਆਪਣਾ ਵੱਡੀ ਗਿਣਤੀ ਵਿੱਚ ਪੌਦੇ ਵੰਡੇ ਗਏ। ਉਹਨਾਂ ਦੇ ਨਾਲ ਹੋਰ ਵੀ ਉਹਨਾਂ ਦੇ ਦੋਧੀ ਸ਼ਾਮਿਲ ਹੋਏ ਆ। ਉਸ ਨੂੰ ਸੁਣਾਉਣਾ ਕੀ ਕਹਿੰਦੇ ਨੇ ਹਰਜਿੰਦਰ ਸਿੰਘ ਢਿੱਲੋਂ। ਸਤਿ ਸ੍ਰੀ ਅਕਾਲ ਜੀ ਸਰ, ਮੇਰਾ ਨਾਮ ਹਰਜਿੰਦਰ ਸਿੰਘ ਢਿੱਲੋਂ, ਸੂਬਾ ਪ੍ਰਧਾਨ ਪੰਜਾਬ ਦੁੱਧ ਦੇ ਯੂਨੀਅਨ ਏਕਤਾ। ਅੱਜ ਸਰ ਇਸ ਤਰ੍ਹਾਂ ਗਾ ਜਿਵੇਂ ਕਿ ਆਪਾਂ ਦੇਖ ਹੀ ਰਹੇ ਹਾਂ ਦਿਨ ਬਿਨ ਜਿਹੜੀ ਪਾਣੀ ਦੀ ਘਾਟ ਵੀ ਝਲਕਦੀ ਨਜ਼ਰ ਆ ਰਹੀ ਹੈ ਅਤੇ ਜਿਹੜਾ ਵਾਤਾਵਰਨ ਹੈ ਹਵਾ ਪੱਖੋਂ ਵੀ ਪ੍ਰਦੂਸ਼ਿਤ ਹੋ ਰਿਹਾ ਹੈਗਾ। ਉਸ ਦੇ ਸੰਬੰਧ 'ਚ ਜਿਵੇਂ ਹੁਣ ਸਾਵਣ ਦਾ ਮਹੀਨਾ ਚੱਲ ਰਿਹਾ ਹੈਗਾ ਅਤੇ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਦਰੱਖਤ ਹੈ ਉਹ ਆਪਾਂ ਕਿਹੜੇ ਜਦੋਂ ਦਰੱਖਤ ਲਾਉਣੇ ਆ ਵਧੀਆ ਚੱਲ ਪੈਂਦੇ ਆ, ਸੁੱਕਦੇ ਨਹੀਂ ਗੇ ਦਰੱਖਤ। ਉਸ ਦੇ ਤਹਿਤ ਹੀ ਆਪਾਂ ਪਹਿਲਾਂ ਵੀ ਸਾਡੇ ਵੱਲੋਂ ਜਿਹੜਾ ਹੈਗਾ ਜਥੇਬੰਦੀ ਵੱਲੋਂ ਉਪਰਾਲਾ ਕਰਕੇ ਪੰਜਾਬ ਦੁੱਧ ਦੇ ਜੋ ਨੇਕਤਾ ਬਠਿੰਡਾ ਸ਼ਹਿਰੀ ਵੱਲੋਂ ਦਰੱਖਤ ਲਾਏ ਗਏ ਸੀਗੇ ਕਮਾਂ ਨਹਿਰੂ ਕਲੋਨੀ ਦੀ ਮਾਰਕੀਟ 'ਚ ਅਤੇ ਕਈ ਸਾਡੇ ਸਾਥੀ ਘਰੇ ਵੀ ਲਿਜਾ ਕੇ ਉਹਨਾਂ ਨੇ ਲਗਾਏ। ਫਿਰ ਅਸੀਂ ਜਥੇਬੰਦੀ ਵੱਲੋਂ ਇਹ ਫੈਸਲਾ ਲਿਆ ਕਿ ਆਪਾਂ ਜਿਹੜਾ ਹੈਗਾ ਗਾ ਕੋਈ ਹੋਰ ਵੀ ਦਰੱਖਤ ਆ ਜਿਹੜੇ ਆਪਾਂ ਇਹ ਵੰਡੀਏ ਵੀ ਸ਼ਹਿਰ ਵਾਸੀ ਜਾਂ ਫਲਦਾਰ ਪੌਦੇ ਲਿਜਾਣੇ ਚਾਹੁੰਦੇ ਜਾਂ ਕੋਈ ਛਾਂ ਵਾਲੇ ਦਾ। ਉਸ ਦੇ ਤਹਿਤ ਅੱਜ ਜਿਹੜਾ ਹੈਗਾ ਗਾ ਜਿਵੇਂ ਅਮਰੂਦ ਹੋ ਗਿਆ, ਸਕਚੈਨ, ਜਾਮਣ, ਨਿੰਮ, ਚਰੀ, ਔਲੇ ਹੋ ਗਏ, ਇਸ ਤਰ੍ਹਾਂ ਦੇ ਜਿਹੜੇ ਪੌਦੇ ਲਿਆ ਕੇ ਜਿਹੜੇ ਪੌਦੇ ਆ ਉਹ ਇੱਥੇ ਬੀਬੀ ਵਾਲੇ ਚੌਂਕ ਦੇ ਵਿੱਚ ਸ਼ਹਿਰ ਵਾਸੀਆਂ ਨੂੰ ਜਾਂ ਕੋਈ ਸਾਡੇ ਦੋਧੀ ਭਰਾ ਵੀ ਆ ਜਿਹੜਾ ਵੀ ਵਿਅਕਤੀ ਪੌਦੇ ਲਾਉਣਾ ਚਾਹੁੰਦਾ ਸੀ, ਸਹਿਯੋਗ ਦੇਣਾ ਚਾਹੁੰਦਾ ਸੀਗਾ ਸਾਡਾ ਵੀ ਆਪਾਂ ਵਾਤਾਵਰਨ ਨੂੰ ਸ਼ੁੱਧ ਬਣਾਈਏ, ਉਹ ਲੈ ਕੇ ਗਏ ਆ। ਔਰ ਅਸੀਂ ਕਿਉਂਕਿ ਜਦੋਂ ਆਪਾਂ ਪੌਦਾ ਲਾਉਣੇ ਆ ਪੌਦੇ ਦੇ ਨਾਲ ਉਹਦੀ ਸਾਂਭ ਸੰਭਾਲ ਵੀ ਜ਼ਰੂਰੀ ਹੈ ਤੇ ਪੌਦਾ ਉਹਨਾਂ ਨੂੰ ਦੇਣ ਦੇ ਨਾਲ ਨਾਲ ਉਹਨਾਂ ਨੂੰ ਇਹ ਬੇਨਤੀ ਵੀ ਕੀਤੀ ਹੈ ਕਿ ਜੇਕਰ ਤੁਸੀਂ ਪੌਦੇ ਲੈ ਕੇ ਚੱਲੋ ਇਹਨਾਂ ਦੀ ਸਾਂਭ ਸੰਭਾਲ ਜ਼ਰੂਰ ਕਰਿਓ। ਲਗਭਗ ਇੱਕ ਸਾਲ ਲੱਗ ਜਾਂਦਾ ਪੌਦੇ ਨੂੰ ਪਾਲਣ ਤੇ, ਫਿਰ ਹੀ ਉਹ ਪਸ਼ੂ ਹੋ ਗਏ ਜਿਵੇਂ ਉਹਨਾਂ ਦੀ ਮਾਰ ਚੋਂ ਬਾਹਰ ਹੁੰਦਾ ਗਾ ਨਹੀਂ ਤਾਂ ਪਸ਼ੂ ਵਗੈਰਾ ਵੀ ਮਰ ਜਾਂਦੇ ਆ। ਸੋ ਤਾਂ ਕਰਕੇ ਅਸੀਂ ਆਸ ਕਰਦੇ ਹਾਂ ਤੁਹਾਡੇ ਚੈਨਲ ਦੇ ਜ਼ਰੀਏ ਵੀ ਜਿੰਨੇ ਵੀ ਭੈਣ ਭਰਾ ਸਾਥੋਂ ਪੌਦੇ ਇੱਥੋਂ ਲੈ ਕੇ ਗਏ ਆ ਉਹ ਉਹਨਾਂ ਦੀ ਸਾਂਭ ਸੰਭਾਲ ਕਰਨਗੇ ਅਤੇ ਜਿਹੜਾ ਹੈਗਾ ਗਾ ਜਿਵੇਂ ਆਪਾਂ ਇਹ ਜਥੇਬੰਦੀ ਵੱਲੋਂ ਉਪਰਾਲਾ ਕੀਤਾ ਉਸੇ ਤਰ੍ਹਾਂ ਜਿਹੜੀ ਇਹ ਪਬਲਿਕ ਹੈ ਜਾਂ ਪੰਜਾਬ ਵਾਸੀ ਸਾਡੇ ਭਾਰਤ ਵਾਸੀ ਹੈ ਸਾਰੇ ਸਹਿਯੋਗ ਦੇਣਗੇ। ਔਰ ਮੈਂ ਜਥੇਬੰਦੀ ਦਾ ਸੂਬੇ ਦਾ ਆਗੂ ਹੋਣ ਦੇ ਨਾਤੇ ਸਾਡੇ ਜਿੰਨੇ ਵੀ ਜ਼ਿਲ੍ਹਿਆਂ ਮੰਡੀਆਂ ਪੰਜਾਬ ਦੇ ਵਿੱਚ ਜਥੇਬੰਦੀ ਹੈ ਪੰਜਾਬ ਦੋਧੀ ਦੇ ਯੂਨੀਅਨ ਏਕਤਾ ਸਾਰੇ ਆਗੂ ਸਾਹਿਬਾਨਾਂ ਨੂੰ ਦੋਧੀ ਸਾਹਿਬਾਨਾਂ ਨੂੰ ਇਹ ਨਿਮਰਤਾ ਸਹਿਤ ਬੇਨਤੀ ਵੀ ਕਰਦਾ ਹੈਗਾ ਤੁਹਾਡੇ ਚੈਨਲ ਦੇ ਮਾਧਿਅਮ ਜ਼ਰੀਏ ਕਿ ਵੱਧ ਤੋਂ ਵੱਧ ਜਿਹੜੇ ਰੁੱਖ ਹੈ ਜਿੱਥੇ ਵੀ ਕਿਤੇ ਜਗ੍ਹਾ ਮਿਲਦੀ ਹੈ ਇਹ ਲਗਾਏ ਜਾਣ ਅਤੇ ਉਹਨਾਂ ਦੀ ਸਾਂਭ ਸੰਭਾਲ ਵੀ ਕੀਤੀ ਜਾਵੇ ਕਿਉਂਕਿ ਆਪਾਂ ਹਰ ਵਕਤ ਸੜਕ 'ਤੇ ਵਿਚਰਦੇ ਹਾਂ ਅਤੇ ਆਪਾਂ ਨੂੰ ਤਕਰੀਬਨ ਬਾਹਰ ਅੰਦਰ ਜਦੋਂ ਆਪਾਂ ਜਾਂਦੇ ਹਾਂ ਆਪਾਂ ਨੂੰ ਪਤਾ ਹੀ ਹੁੰਦਾ ਕਿ ਇੱਥੇ ਰੁੱਖ ਚੱਲ ਵੀ ਸਕਦੇ ਆ, ਲੱਗ ਵੀ ਸਕਦੇ ਆ, ਵੀ ਜਗ੍ਹਾ ਹੈਗੀ ਆ। ਅਤੇ ਮੇਰੇ ਜਿਹੜੇ ਕਿਸਾਨ ਭਰਾ ਉਹਨਾਂ ਨੂੰ ਵੀ ਬੇਨਤੀ ਹੈ ਵੀ ਉਹ ਵੀ ਖੇਤਾਂ ਦੇ ਵਿੱਚ ਜਿਹੜੇ ਦਰੱਖਤ ਆ ਉਹ ਲਾਉਣ, ਕਿਤੇ ਨਾ ਕਿਤੇ ਜਿਹੜੇ ਦਰੱਖਤ ਹੈ ਉਹ ਪੱਟੇ ਜਾਂਦੇ ਆ ਇਹ ਕਹਿ ਕੇ ਕਿ ਜਿਹੜਾ ਛਾਂ ਦੇ ਕਾਰਨ ਫਸਲ ਮਰਦੀ ਹੈ। ਸੋ ਆਪਾਂ ਕੁਦਰਤ ਤੋਂ ਵੱਡੇ ਨਹੀਂ ਹੋ ਸਕਦੇ ਗੇ, ਜੇਕਰ ਆਪਾਂ ਕੁਦਰਤ ਦੇ ਨਾਲ ਇਸੇ ਤਰ੍ਹਾਂ ਖਿਲਵਾੜ ਕਰਾਂਗੇ, ਦਰੱਖਤਾਂ ਦੀ ਕਟਾਈ ਕਰਦੇ ਰਵਾਂਗੇ ਤਾਂ ਫਿਰ ਕਿਤੇ ਨਾ ਕਿਤੇ ਕੁਦਰਤ ਵੀ ਆਪਣੇ ਨਾਲ ਖਿਲਵਾੜ ਕਰਦੀ ਹੈ। ਉਦੋਂ ਆਪਾਂ ਨੂੰ ਕੋਰੋਨਾ ਕਾਲ ਵੇਲੇ ਕਿੰਨਾ ਆਕਸੀਜਨ ਦੀ ਕਮੀ ਆਈ, ਸਾਹਮਣਾ ਕਰਨਾ ਪਿਆ ਕਿਸ ਤਰ੍ਹਾਂ,
ਭਾਵੇਂ ਕਿ ਆਕਸੀਜਨ ਦੇ ਲੰਗਰ ਵੀ ਲਾਏ ਗਏ, ਪਰ ਕਿਤੇ ਨਾ ਕਿਤੇ ਇਹ ਜਿਹੜੀ ਘਾਟ ਹੈ ਉਦੋਂ ਆਪਾਂ ਨੂੰ ਮਹਿਸੂਸ ਹੁੰਦੀ ਸੀ। ਉਸ ਦੇ ਤਹਿਤ ਮੈਂ ਇਹ ਬੇਨਤੀ ਕਰਦਾ ਹੈਗਾ ਕਿ ਦਰਖਤ ਹੈ ਜਿਹੜੇ ਵੱਧ ਤੋਂ ਵੱਧ ਲਾਏ ਜਾਣ ਅਤੇ ਉਹਨਾਂ ਦਾ ਪਾਲਣ ਪੋਸ਼ਣ ਵੀ ਦਰਖਤਾਂ ਨਾਲ ਕੀਤਾ ਜਾਵੇ। ਦੇਖੋ ਜੀ, ਜੋ ਇਹ ਸਾਉਣ ਦਾ ਮਹੀਨਾ ਚੱਲਦਾ ਰਿਹਾ ਹੈਗਾ, ਇਹਨਾਂ ਦਿਨਾਂ ਦੇ ਵਿੱਚ ਦਰਖਤ ਵਧੀਆ ਚੱਲ ਪੈਂਦੇ ਆ। ਮੇਰੀ ਬੇਨਤੀ ਹੈ, ਸਾਡਾ ਜਿਹੜਾ ਪੰਜਾਬ ਦੂਤ ਏਕਤਾ ਦਾ ਦਫ਼ਤਰ ਆ ਬਠਿੰਡਾ ਸ਼ਹਿਰੀ ਦਾ, ਉਹ ਕਮਲਾ ਨਹਿਰੂ ਕਲੋਨੀ ਦੀ ਮਾਰਕੀਟ ਆ ਉਹਦੇ ਵਿੱਚ ਸਥਿਤ ਹੈ। ਉੱਥੇ ਆ ਕੇ ਲਗਭਗ 10 ਵਜੇ ਦਫ਼ਤਰ ਖੁੱਲਦਾ, 2 ਵਜੇ ਤੱਕ ਅਸੀਂ ਉੱਥੇ ਹੁੰਦੇ ਹਾਂ। ਤਾਂ ਉੱਥੇ ਨੋਟ ਕਰਵਾ ਸਕਦੇ ਹਾਂ ਕਿਸੇ ਵੀ ਕਿਸਮ ਦਾ, ਉਹਨਾਂ ਨੂੰ ਕੋਈ ਪੌਦਾ ਚਾਹੀਦਾ ਤਾਂ ਅਸੀਂ ਉਹਨਾਂ ਨੂੰ ਉਹ ਪ੍ਰੋਵਾਈਡ ਕਰਵਾ ਕੇ ਦੇਵਾਂਗੇ, ਜਿਹੜਾ ਵੀ ਵਿਅਕਤੀ ਸਾਨੂੰ ਨੋਟ ਕਰਵਾ ਕੇ ਜਾਂਦਾ ਜੀ।